ਸਤਿ ਸ੍ਰੀ ਅਕਾਲ ਜੀ, ਤੁਸੀਂ ਵੇਖ ਰਹੇ ਹੋ ਅਜੀਤ ਵੈਬ ਟੀ ਵੀ। ਅਜੀਤ ਖਬਰਾਂ ਦੇ ਅੱਜ ਦੇ ਬੁਲੇਟਿਨ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਮੈਂ ਹਾਂ ਕਮਲਪ੍ਰੀਤ ਸਿੰਘ ਅਤੇ ਰੋਜ਼ਾਨਾ ਦੀ ਤਰ੍ਹਾਂ ਆਓ ਸਭ ਤੋਂ ਪਹਿਲਾਂ ਇੱਕ ਚਾਤ ਅੱਜ ਦੀਆਂ ਚੋਣਵੀਆਂ ਖਬਰਾਂ 'ਤੇ। 12ਵੀਂ ਦੀ ਇਤਿਹਾਸ ਦੀ ਕਿਤਾਬ ਦੇ ਮਾਮਲੇ 'ਤੇ ਅਕਾਲੀ ਦਲ ਨੇ ਕੈਪਟਨ ਤੋਂ ਮੁਆਫ਼ੀ ਦੀ ਕੀਤੀ ਮੰਗ। ਅੰਮ੍ਰਿਤਸਰ ਰੇਲ ਹਾਦਸੇ 'ਚ ਹਾਈਕੋਰਟ ਵੱਲੋਂ ਨਵਜੋਤ ਕੌਰ ਸਿੱਧੂ ਅਤੇ ਪੰਜਾਬ ਸਰਕਾਰ ਨੂੰ ਵੱਡੀ ਰਾਹਤ। ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਕਿਹਾ ਕਿ ਮਹਿਲਾ ਅਫਸਰ ਨਾਲ ਛੇੜਛਾੜ ਮਾਮਲੇ 'ਚ ਨਹੀਂ ਮਿਲੀ ਕੋਈ ਸ਼ਿਕਾਇਤ। 10 ਮੋਟਰਸਾਈਕਲ, 2 ਪਿਸਤੌਲ ਤੇ ਕਾਰਤੂਸਾਂ ਸਮੇਤ ਚੋਰ ਗਿਰੋਹ ਦੇ 3 ਮੈਂਬਰ ਤਰਨ ਤਾਰਨ 'ਚ ਕਾਬੂ। ਅਤੇ ਜਕਾਰਤਾ ਤੋਂ ਉਡਾਨ ਭਰਨ ਤੋਂ ਬਾਅਦ ਸਮੁੰਦਰ 'ਚ ਦੁਰਘਟਨਾਗ੍ਰਸਤ ਹੋਇਆ ਜਹਾਜ਼, 199 ਯਾਤਰੀ ਸਨ ਸਵਾਰ। ਅਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਸ਼੍ਰੋਮਣੀ ਅਕਾਲੀ ਦਲ ਨੇ 12ਵੀਂ ਦੀ ਇਤਿਹਾਸ ਦੀ ਕਿਤਾਬ ਦੇ ਮਾਮਲੇ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੁਆਫ਼ੀ ਦੀ ਮੰਗ ਕੀਤੀ ਹੈ। ਅਕਾਲੀ ਦਲ ਦੀ ਕੋਰ ਕਮੇਟੀ ਨੇ ਮੀਟਿੰਗ ਕਰਕੇ ਇਹ ਵੀ ਫੈਸਲਾ ਕੀਤਾ ਹੈ ਕਿ ਇਸ ਮਾਮਲੇ ਬਾਰੇ 1 ਨਵੰਬਰ ਤੋਂ ਲਗਾਤਾਰ ਸੰਘਰਸ਼ ਵਿੱਢਿਆ ਜਾਵੇਗਾ। ਕੋਰ ਕਮੇਟੀ ਦੀ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ 12ਵੀਂ ਜਮਾਤ ਦੀ ਇਤਿਹਾਸ ਦੀ ਕਿਤਾਬ ਵਿੱਚ ਸਿੱਖ ਗੁਰੂਆਂ ਅਤੇ ਸਿੱਖ ਇਤਿਹਾਸ ਦਾ ਅਪਮਾਨ ਕੀਤਾ ਗਿਆ ਹੈ, ਜਿਸ ਕਾਰਨ 12ਵੀਂ ਦਾ ਸਿਲੇਬਸ ਰੱਦ ਕੀਤਾ ਜਾਵੇ ਅਤੇ ਇਸ ਦੀ ਜ਼ਿੰਮੇਵਾਰੀ ਕਬੂਲਦੇ ਹੋਏ ਕੈਪਟਨ ਅਮਰਿੰਦਰ ਸਿੰਘ ਲੋਕਾਂ ਤੋਂ ਮੁਆਫ਼ੀ ਮੰਗਣ। ਤਕਰੀਬਨ 400-500 ਪੇਜ ਦੇ ਵਿੱਚ ਬੜੀ ਡਿਟੇਲਡ ਤਰੀਕੇ ਨਾਲ ਸਿੱਖ ਇਤਿਹਾਸ ਦਾ ਵੇਰਵਾ ਦਿੱਤਾ ਗਿਆ ਸੀ। ਬੜੇ ਅਫਸੋਸ ਨਾਲ ਕਹਿਣਾ ਪੈਂਦਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆਈ, ਉਹਨਾਂ ਨੇ ਅਨੁਸਾਰ ਸਿੱਖ ਇਤਿਹਾਸ ਨੂੰ ਤਰੋੜ ਮਰੋਣ ਦੀ ਕੋਸ਼ਿਸ਼ ਕੀਤੀ। 5-6 ਮਹੀਨੇ ਪਹਿਲੇ ਜਿਹੜੇ ਸਿੱਖ ਇਤਿਹਾਸ ਜਿਹੜਾ ਪੂਰੀ ਡਿਟੇਲ ਵਿੱਚ 600 ਪੇਜਾਂ 'ਚ ਪੜ੍ਹਾਇਆ ਜਾਂਦਾ ਸੀ, ਉਹਨੂੰ ਘਟਾ ਕੇ 90% ਚੀਜ਼ਾਂ ਨੂੰ ਡਿਲੀਟ ਕਰਕੇ ਜਿਹੜੀਆਂ ਸਭ ਤੋਂ ਜ਼ਰੂਰੀ ਚੀਜ਼ਾਂ ਸੀ ਸਿੱਖ ਇਤਿਹਾਸ ਦੀਆਂ, ਗੁਰੂ ਸਾਹਿਬਾਨ ਦੀ ਜੀਵਨ ਬਾਰੇ, ਉਹਨਾਂ ਨੂੰ ਡਿਲੀਟ ਕਰਕੇ ਮਤਲਬ 23-24 ਪੇਜਾਂ 'ਚ ਸਾਰੀ ਸਮਰੀ ਬਣਾ ਦਿੱਤੀ। ਬਹੁਤ ਜ਼ਿਆਦਾ ਕੌਮ ਵਿੱਚ, ਸਿੱਖ ਪੰਥ ਵਿੱਚ, ਪੰਜਾਬ ਦੀ ਜਨਤਾ ਵਿੱਚ ਬੜਾ ਰੋਸ ਹੋਇਆ। ਬੜਾ ਦੁੱਖ ਨਾਲ ਕਹਿਣਾ ਚਾਹੁੰਦਾ, ਸਿੱਖ ਇਤਿਹਾਸ ਨੂੰ ਬਿਲਕੁਲ ਹੀ ਤਰੋੜ ਮਰੋੜ ਦਿੱਤਾ ਅਤੇ ਨੈਗੇਟਿਵ ਤਰੀਕੇ ਨਾਲ, ਜਿਵੇਂ ਕੋਈ ਦੁਸ਼ਮਣ ਆਪਣੇ ਦੁਸ਼ਮਣ ਦੇ ਇਤਿਹਾਸ ਬਾਰੇ ਗੱਲ ਕਰਦਾ ਹੈ, ਉਹ ਜਿਹੇ ਤਰੀਕੇ ਨਾਲ ਉਹਨਾਂ ਨੇ ਇਤਿਹਾਸ ਨੂੰ ਸਿੱਖ ਇਤਿਹਾਸ ਨੂੰ ਤਰੋੜਿਆ ਮਰੋੜਿਆ। ਸ਼੍ਰੋਮਣੀ ਅਕਾਲੀ ਦਲ ਇੱਕ ਬੜਾ ਸਖਤ ਅਗਲਾ ਪ੍ਰੋਗਰਾਮ ਦਊਗਾ, ਜਿਹੜਾ ਕਿਉਂਕਿ ਇਕੱਲਾ ਸ਼੍ਰੋਮਣੀ ਅਕਾਲੀ ਦਲ ਨਹੀਂ, ਸਾਰੀ ਸਿੱਖ ਕੌਮ ਨੂੰ, ਪੂਰੇ ਸਿੱਖ ਪੰਥ ਨੂੰ ਇਕੱਠਾ ਹੋ ਕੇ, ਇਕੱਠੇ ਕਰਕੇ ਸ਼੍ਰੋਮਣੀ ਅਕਾਲੀ ਦਲ 1 ਤਰੀਕ ਤੋਂ ਇੱਕ ਸੰਘਰਸ਼ ਦਾ ਪ੍ਰੋਗਰਾਮ ਦਊਗਾ। ਅੰਮ੍ਰਿਤਸਰ ਰੇਲ ਹਾਦਸੇ ਤੋਂ ਬਾਅਦ ਦੁਸਹਿਰਾ ਮੇਲੇ ਦੀ ਮੁੱਖ ਮਹਿਮਾਨ ਵਿਰੁੱਧ ਕਾਰਵਾਈ ਕਰਨ ਅਤੇ ਸਰਕਾਰਾਂ ਦੀ ਜ਼ਿੰਮੇਵਾਰੀ ਤੈਅ ਕਰਨ ਦੀ ਮੰਗ ਨੂੰ ਲੈ ਕੇ ਦਾਖਲ ਹੋਈ ਲੋਕ ਹਿੱਤ ਪਟੀਸ਼ਨ ਨੂੰ ਖਾਰਜ ਕਰਦਿਆਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸੂਬਾ ਸਰਕਾਰ ਅਤੇ ਨਵਜੋਤ ਕੌਰ ਸਿੱਧੂ ਨੂੰ ਵੱਡੀ ਰਾਹਤ ਦਿੱਤੀ ਹੈ। ਬੈਂਚ ਨੇ ਕਿਹਾ ਹੈ ਕਿ ਉਂਝ ਵੀ ਕਿਸੇ ਹਾਦਸੇ ਦੇ ਮੁਆਵਜ਼ੇ ਲਈ ਐਕਟ ਮੁਤਾਬਕ ਸਰਕਾਰ ਜ਼ਿੰਮੇਵਾਰ ਨਹੀਂ ਹੁੰਦੀ। ਹਾਈਕੋਰਟ ਨੇ ਇਸ ਪਟੀਸ਼ਨ ਨੂੰ ਰਾਜਸੀ ਹਿੱਤ ਪਟੀਸ਼ਨ ਕਰਾਰ ਦਿੱਤਾ ਹੈ। ਸੁਣਵਾਈ ਦੌਰਾਨ ਸਰਕਾਰ ਨੇ ਕਿਹਾ ਕਿ ਉਸ ਵੱਲੋਂ ਪੀੜਤਾਂ ਦੀ ਹਰ ਪੱਖੋਂ ਮਦਦ ਕੀਤੀ ਜਾ ਰਹੀ ਹੈ ਅਤੇ ਢੁੱਕਵਾਂ ਮੁਆਵਜ਼ਾ ਦਿੱਤਾ ਜਾ ਰਿਹਾ ਹੈ। ਮਹਿਲਾ ਕਮਿਸ਼ਨ ਪੰਜਾਬ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਕਿਹਾ ਹੈ ਕਿ ਪੰਜਾਬ ਦੀਆਂ ਕੰਮਕਾਜੀ ਔਰਤਾਂ ਦੇ ਹੱਕ ਸੁਰੱਖਿਅਤ ਰੱਖਣ ਲਈ ਕਮਿਸ਼ਨ ਵੱਲੋਂ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾਣਗੇ। ਚੰਡੀਗੜ੍ਹ ਵਿੱਚ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਮਨੀਸ਼ਾ ਗੁਲਾਟੀ ਨੇ ਕਿਹਾ ਕਿ ਉਹਨਾਂ ਕੋਲ ਬਹੁਤ ਸਾਰੇ ਅਜਿਹੇ ਮਾਮਲੇ ਆਉਂਦੇ ਹਨ ਜਿਸ ਵਿੱਚ ਔਰਤਾਂ ਸ਼ਿਕਾਇਤ ਕਰਕੇ ਵਾਪਸ ਲੈ ਲੈਂਦੀਆਂ ਹਨ। ਪੰਜਾਬ ਦੇ ਇੱਕ ਕੈਬਨਿਟ ਮੰਤਰੀ ਅਤੇ ਮਹਿਲਾ ਅਫਸਰ ਵੱਲੋਂ ਗਲਤ ਮੈਸੇਜ ਭੇਜਣ ਦੇ ਲੱਗੇ ਦੋਸ਼ਾਂ ਬਾਰੇ ਮਨੀਸ਼ਾ ਗੁਲਾਟੀ ਨੇ ਕਿਹਾ ਕਿ ਉਹ ਇਸ ਮਾਮਲੇ ਬਾਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਗੱਲਬਾਤ ਕਰਨਗੇ। ਉਹਨਾਂ ਇਸ ਮਸਲੇ 'ਤੇ ਕਿਹਾ ਕਿ ਮਹਿਲਾ ਅਫਸਰ ਵੱਲੋਂ ਸ਼ਿਕਾਇਤ ਵੀ ਮਹਿਲਾ ਕਮਿਸ਼ਨ ਨੂੰ ਨਹੀਂ ਦਿੱਤੀ ਗਈ। ਜਿਹੜੀ ਮੀ ਟੂ ਇੱਕ ਬਲੈਸਿੰਗ ਸੀ ਸਾਡੇ ਪੰਜਾਬ ਵਾਸਤੇ, ਕਿ ਚਲੋ ਮੈਂ ਤਾਂ ਇਹਨੂੰ ਇੱਕ ਬਲੈਸਿੰਗਸ ਦੀ ਤਰ੍ਹਾਂ ਹੀ ਇੱਕ ਵਿਮੈਨ ਹੋਣ ਦੇ ਨਾਤੇ ਕਹਿ ਸਕਦੀ ਹਾਂ ਕਿ ਇਹ ਸ਼ੁਰੂ ਹੋਇਆ ਅਤੇ ਇਹ ਇੱਕ ਡਰ ਪੈਦਾ ਕਰੇਗਾ, ਚਾਹੇ ਉਹ ਮਨਿਸਟਰ ਹੋਏ, ਚਾਹੇ ਉਹ MLA ਹੋਏ, ਚਾਹੇ ਉਹ ਕੋਈ ਪੁਲਿਸ ਆਫਿਸਰ ਹੋਏ, ਚਾਹੇ ਕੋਈ ਇੱਕ ਆਮ ਬਿਜ਼ਨਸਮੈਨ ਹੋਏ, ਸਰਵਿਸਮੈਨ ਹੋਏ, ਕਿਉਂਕਿ ਸਾਡੇ ਕੋਲ ਜਦੋਂ ਰੋਜ਼ ਬਹੁਤ ਜ਼ਿਆਦਾ ਇਹੋ ਜਿਹੀਆਂ ਕੰਪਲੇਂਟ ਵੀ ਆ ਰਹੀਆਂ ਨੇ ਸੈਕਸੁਅਲ ਹਰਾਸਮੈਂਟ। ਪਿੱਛੇ ਇੱਕ MBBS MD ਡਾਕਟਰ ਮੋਹਾਲੀ ਤੋਂ ਮੇਰੇ ਕੋਲ ਆਈ, ਜਿਹਦੇ ਨਾਲ ਹਰਾਸਮੈਂਟ ਕੀਤੀ ਗਈ, ਸੈਕਸੁਅਲੀ ਉਹਨੂੰ ਟੱਚ ਕੀਤਾ ਗਿਆ ਇੱਕ ਡਾਕਟਰ ਦੁਆਰਾ ਹੀ।
ਥਿੰਕ ਮੀ ਟੂ ਇੱਕ ਬਲੈਸਿੰਗ ਚਲੋ ਇੱਕ ਹੈ ਮੁਹਿੰਮ ਸ਼ੁਰੂ ਹੋਈ ਹੈ ਦੇਰ ਨਾਲ ਹੋਈ ਹੈ ਚਲੋ ਆਪਾਂ ਇਹਨੂੰ ਇੱਕ ਅੱਛਾ ਮਾਹੌਲ ਪੰਜਾਬ ਵਿੱਚ ਕ੍ਰੀਏਟ ਹੋਏਗਾ ਅਤੇ ਜਿਹੜੀ ਇਹ ਗਾਈਡਲਾਈਨਸ 9 ਨਵੰਬਰ 2013 'ਚ ਸਰਕਾਰ ਦੁਆਰਾ ਜਾਰੀ ਕੀਤੀ ਗਈ ਸੀ ਉਹਦਾ ਕੋਈ ਆਪਾਂ ਨੋਟਿਸ ਕੀਤਾ ਕਿ ਕੋਈ ਕਿਤੇ ਫੋਲੋ ਅਪ ਹੈ ਹੀ ਨਹੀਂ ਸਟੇਟ 'ਚ ਕੋਈ ਵੀ ਡਿਪਾਰਟਮੈਂਟ ਇਹਨੂੰ ਲੈਂਦਾ ਨਹੀਂ ਅਤੇ ਹੁਣ ਦਾ ਮਾਹੌਲ ਦੇਖਦੇ ਹੋਏ ਜੋ ਚੱਲ ਰਹੇ ਨੇ ਅਤੇ ਆਪਾਂ ਕੁਛ ਗਾਈਡਲਾਈਨਸ ਤਿਆਰ ਕੀਤੀਆਂ ਨੇ ਇਹਨੂੰ ਸਾਰੇ ਡਿਪਾਰਟਮੈਂਟ 'ਚ ਮਨਿਸਟਰਸ ਨੂੰ ਸਭ ਨੂੰ ਭੇਜਿਆ ਜਾਏਗਾ ਔਰ ਸਭ ਨੂੰ ਇਹ ਆਯੋਗ ਦੁਆਰਾ ਭੇਜਿਆ ਗਿਆ ਫੋਲੋ ਅਪ ਕਰਨਾ ਪਏਗਾ ਗਾਈਡਲਾਈਨਸ ਨੂੰ ਉਹਨਾਂ ਨੂੰ ਆਪਣੇ ਆਫਿਸ 'ਚ ਵੀ ਟੰਗਣਾ ਪਏਗਾ ਰਿਟਰਨ 'ਚ ਵੀ ਜੋ ਫੋਲੋ ਅਪ ਨਹੀਂ ਕਰੇਗਾ ਉਹਦੇ ਖਿਲਾਫ਼ ਕਮਿਸ਼ਨ ਕਾਰਵਾਈ ਕਰੇਗਾ ਜੇ ਸਾਡੇ ਕੋਲ ਕੋਈ ਕੰਪਲੇਂਟ ਆਈ ਇਹ ਦੇਣ ਤੋਂ ਬਾਅਦ ਲਾਗੂ ਹੋਣ ਤੋਂ ਬਾਅਦ ਤਾਂ ਕਮਿਸ਼ਨ ਕੰਪਲੇਂਟ ਐਕਸ਼ਨ ਲਏਗਾ ਕਮਿਸ਼ਨ ਦੇਖੋ ਜੀ ਦੇਖੋ ਜਿਹੜਾ ਤੁਸੀਂ ਕਿਸੇ ਮਿਨਿਸਟਰ ਦਾ ਨਾਮ ਲੈ ਕੇ ਸੂ ਮੋਟੋ ਐਕਸ਼ਨ ਤਾਂ ਹੁੰਦਾ ਜੇ ਸਾਡੇ ਕੋਲ ਕੋਈ ਕੰਪਲੇਂਟ ਆਈ ਹੋਵੇ ਜਾਂ ਕੰਪਲੇਨੈਂਟ ਦਾ ਨਾਮ ਆਇਆ ਹੋਵੇ ਆਪਾਂ ਸੂ ਮੋਟੋ ਐਕਸ਼ਨ ਬਹੁਤ ਮੈਂ ਲੈਂਦੀ ਹਾਂ ਮੈਂ ਈਵਨ ਟੀਵੀ 'ਤੇ ਕੋਈ ਨਿਊਜ਼ ਦੇਖ ਲਾ ਫੇਸਬੁੱਕ 'ਤੇ ਕੋਈ ਕਮੈਂਟ ਆਇਆ ਹੋਵੇ ਸੋਸ਼ਲ ਮੀਡੀਆ 'ਤੇ ਮੈਂ ਸੂ ਮੋਟੋ ਐਕਸ਼ਨ ਬਹੁਤ ਲੈਂਦੀ ਹਾਂ ਪਰ ਸੂ ਮੋਟੋ ਐਕਸ਼ਨ ਦਾ ਮਤਲਬ ਇਹ ਈਵਨ ਕੰਪਲੇਨੈਂਟ ਦਾ ਨਾਮ 'ਤੇ ਸਾਹਮਣੇ ਆ ਰਿਹਾ ਹੋਵੇ ਜਾਂ ਮਿਨਿਸਟਰ ਨੇ ਕੁਛ ਐਗਰੀ ਕੀਤਾ ਹੋਵੇ ਈਵਨ ਮੈਂ ਉਹਨਾਂ ਨੂੰ ਪਰਸਨਲ ਅੱਜ ਤੱਕ ਮਿਲੀ ਤਾਂ ਨਹੀਂ ਪਰ 2-3 ਵਾਰੀ ਮੈਨੂੰ ਫੋਨ ਆਏ ਨੇ ਉਹਨਾਂ ਦੇ ਮੇਰੀ ਜੁਆਇਨਿੰਗ ਤੋਂ ਬਾਅਦ ਕਿਸੇ ਨੀਡਫੁੱਲ ਗਰੀਬ ਪੂਅਰ ਲੇਡੀ ਦੀ ਹੈਲਪ ਵਾਸਤੇ ਮੇਰੇ ਲਈ ਨਾਲ ਤਾਂ ਉਹਨਾਂ ਨੇ ਬੜੀ ਰਿਸਪੈਕਟਫੁੱਲੀ ਗੱਲ ਕੀਤੀ ਚਲੋ ਉਹ ਇੱਕ ਜਨਰਲ ਗੱਲ ਮੈਂ ਤੁਹਾਡੇ ਨਾਲ ਕਰ ਰਹੀ ਹਾਂ ਪਰ ਆਪਾਂ ਐਕਸ਼ਨ ਤਾਂ ਤਾਂ ਲਈਏ ਨਾ ਜੇ ਮੇਰੇ ਕੋਲ ਕੋਈ ਕੰਪਲੇਂਟ ਆਈ ਹੋਵੇ ਤਰਨਤਾਰਨ CIA ਸਟਾਫ ਪੁਲਿਸ ਵੱਲੋਂ ਨਾਕੇਬੰਦੀ ਦੌਰਾਨ ਇੱਕ ਚੋਰ ਗਿਰੋਹ ਦੇ 3 ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ ਹੈ ਇਹਨਾਂ ਪਾਸੋਂ ਚੋਰੀ ਕੀਤੇ 10 ਮੋਟਰਸਾਈਕਲ 2 ਪਿਸਤੌਲ ਅਤੇ 4 ਕਾਰਤੂਸ ਬਰਾਮਦ ਕੀਤੇ ਗਏ ਹਨ ਪੁਲਿਸ ਅਧਿਕਾਰੀ ਮੁਤਾਬਕ ਉਕਤ ਮੁਲਜ਼ਮ ਰਾਹਗੀਰਾਂ ਨੂੰ ਪਿਸਤੌਲ ਦਿਖਾ ਕੇ ਲੁੱਟ ਲੈਂਦੇ ਸਨ ਪੁਲਿਸ ਨੇ 3 ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ 2 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਹੈ ASI ਚੰਨਜੀਤ ਕੁਮਾਰ CA ਸਟਾਫ ਨੇ ਨਾਕਾ ਲਾਇਆ ਸੀ ਬਾਈਪਾਸ ਹਰੀਕੇ ਤਾਂ 3 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹਰਪਾਲ ਸਿੰਘ ਗੁਲਾਲ ਸਿੰਘ ਅਤੇ ਰਾਜਵੀਰ ਸਿੰਘ ਨੂੰ ਇਹਨਾਂ ਤੋਂ ਦੌਰਾਨੇ ਪੁੱਛਗਿੱਛ 2 ਦੇਸੀ ਪਿਸਤੌਲ 1 12 ਬੋਰ ਅਤੇ 1 32 ਬੋਰ ਅਤੇ 10 ਮੋਟਰਸਾਈਕਲ ਚੋਰੀ ਦੇ ਰਿਕਵਰ ਹੋਏ ਹੈ ਇਹਨਾਂ ਦੇ ਖਿਲਾਫ਼ ਕੇਸ ਰਜਿਸਟਰਡ ਹੋ ਚੁੱਕਾ ਤਾਂ ਇਹਨਾਂ ਤੋਂ ਬਾਕੀ ਪੁੱਛਗਿੱਛ ਜਾਰੀ ਹੈ ਉਹਨੇ ਪੁਲਿਸ ਕੋਲ 2 ਦਿਨ ਦੇ ਰਿਮਾਂਡ ਲਏ ਹਰਪਾਲ ਸਿੰਘ 'ਤੇ 307 ਦਾ ਮੁਕੱਦਮਾ ਉਹ ਹੱਟ ਕੇਸ ਹੈ ਇਹਨਾਂ ਨੇ ਹਰੀਕੇ ਦੇ ਏਰੀਏ ਦੇ ਵਿੱਚੋਂ ਅਤੇ ਹੋਰ ਸਰਾਊਂਡਿੰਗ ਏਰੀਏ ਦੇ ਵਿੱਚੋਂ ਇਹ ਮੋਟਰਸਾਈਕਲ ਚੋਰੀ ਕੀਤੇ ਹੈ ਹੁਣ ਤੱਕ ਇਹ 10 ਮੋਟਰਸਾਈਕਲ ਚੋਰੀ ਕਰ ਚੁੱਕੇ ਸੀ ਔਰ 10 ਹੀ ਅਸੀਂ ਰਿਕਵਰ ਕਰ ਲਏ ਇੰਡੋਨੇਸ਼ੀਆ ਦੇ ਜਕਾਰਤਾ ਤੋਂ ਉਡਾਨ ਭਰਨ ਤੋਂ 13 ਮਿੰਟ ਬਾਅਦ ਲੋਇਨ ਏਅਰਲਾਈਨਸ ਦੇ ਜਹਾਜ਼ JT-610 ਦਾ ਸੰਪਰਕ ਟੁੱਟ ਗਿਆ ਅਤੇ ਜਹਾਜ਼ ਸਮੁੰਦਰ ਵਿੱਚ ਦੁਰਘਟਨਾਗ੍ਰਸਤ ਹੋ ਗਿਆ ਇਹ ਜਹਾਜ਼ ਜਕਾਰਤਾ ਤੋਂ ਪਾਂਕਲ ਪਿਨਾਕ ਜਾ ਰਿਹਾ ਸੀ ਜਹਾਜ਼ ਵਿੱਚ ਚਾਲਕ ਦਲ ਸਮੇਤ 199 ਯਾਤਰੀ ਸਵਾਰ ਦੱਸੇ ਜਾ ਰਹੇ ਹਨ ਜਿਨ੍ਹਾਂ ਦੀ ਭਾਲ ਲਈ ਖੋਜ ਅਭਿਆਨ ਚਲਾਇਆ ਜਾ ਰਿਹਾ ਹੈ ਕਾਰਾਵਾਂਗ ਦੇ ਸਮੁੰਦਰ ਵਿੱਚ ਦੁਰਘਟਨਾਗ੍ਰਸਤ ਹੋਏ ਇਸ ਜਹਾਜ਼ ਦੇ ਕਈ ਟੁਕੜੇ ਬਰਾਮਦ ਕੀਤੇ ਗਏ ਹਨ ਬਠਿੰਡਾ ਵਿੱਚ ਪੰਥਕ ਜਥੇਬੰਦੀਆਂ ਨੇ ਕਾਨਫਰੰਸ ਕਰਕੇ ਬਾਦਲ ਪਰਿਵਾਰ ਦਾ ਬਾਈਕਾਟ ਕਰਨ ਦਾ ਫੈਸਲਾ ਲਿਆ ਹੈ ਇਸ ਕਾਨਫਰੰਸ ਵਿੱਚ ਸਾਬਕਾ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਅਤੇ ਰਵਿੰਦਰ ਸਿੰਘ ਪ੍ਰਧਾਨ ਅਖੰਡ ਅਕਾਲੀ ਦਲ 1920 ਸਨ ਇਸ ਸਮੇਂ ਆਗੂਆਂ ਨੇ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੋਇਆ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਹੋਵੇ ਇਸ ਤੋਂ ਪਹਿਲਾਂ ਵੀ ਸਿੱਖਾਂ ਨਾਲ ਬੇਇਨਸਾਫੀ ਹੁੰਦੀ ਰਹੀ ਹੈ ਸਿੱਖ ਜਗਤ ਸਾਰਾ ਹੀ ਜਾਣਦਾ ਜੀ ਇਹ ਅੱਜ ਦਾ ਨਹੀਂ ਹੈ ਇਹ ਜਿਹੜੀਆਂ ਕਮਿਸ਼ਨਾਂ ਬਿਠਾਈਆਂ ਨੇ ਕਮਿਸ਼ਨਾਂ ਨੇ ਕੀ ਪਤਾ ਕਰਾਉਣਾ ਕਮਿਸ਼ਨਰ ਤਾਂ ਲੋਕਾਂ ਤੋਂ ਹੀ ਪੁੱਛਣਾ ਲੋਕਾਂ ਨੂੰ ਪਤਾ ਹੈ ਅਤੇ ਸਬੂਤ ਸਾਡੇ ਸਾਹਮਣੇ ਨੇ ਇਹਨਾਂ ਨੇ ਫਾਇਦੇ ਲਏ ਨੇ ਸੋੜੇ ਸਾਥ ਦੇ ਨਾਲ ਫੈਸਲਾ ਕਰਕੇ ਜਿਹੜੇ ਬੰਦਿਆਂ ਨੇ ਫਾਇਦੇ ਲਏ ਨੇ ਉਹਦੇ ਮਗਰੋਂ ਇਹਨਾਂ ਨੇ MLA ਦੀ ਟਿਕਟ ਦਿੱਤੀ ਹੈ ਉਹਨਾਂ ਨੇ ਜਾ ਕੇ ਫਿਰ ਵੀ ਉਹ ਸਾਧ ਦੇ ਕੋਲੋਂ ਮਾਫ਼ੀ ਮੰਗੀ ਹੈ ਉਹਦੀਆਂ ਵੋਟਾਂ ਮੰਗੀਆਂ ਨੇ ਔਰ ਜਦੋਂ ਪਤਾ ਲੱਗਿਆ ਕਿ ਜੀ ਉਹ ਉੱਥੇ ਗਏ ਨੇ ਫਿਰ ਜੀ ਗਏ ਅਤੇ ਜੀ ਉਹਨਾਂ ਨੇ ਆਪਣੇ ਆਪਣੀਆਂ ਲਵਾ ਲਈਆਂ ਸ਼ਰਤਾਂ ਕਿ ਜੀ ਪਾਠ ਕਰ ਲਓ ਅਤੇ ਜੀ ਕੜਾ ਪ੍ਰਸ਼ਾਦ ਕਰ ਦਿਓ ਅਤੇ ਜੀ ਉਹ ਮਾਫ਼ ਹੋ ਗਏ ਨੇ ਅਤੇ ਹੁਣ ਉਹ ਪ੍ਰਧਾਨ ਵੀ ਲੱਗ ਗਏ ਨੇ ਸ਼੍ਰੋਮਣੀਆਂ ਕਮੇਟੀਆਂ ਦੇ ਇਹ ਕੋਈ ਸਜ਼ਾ ਹੈ ਅਸੀਂ ਨਹੀਂ ਇਹਨੂੰ ਸਜ਼ਾ ਮੰਨਦੇ ਇੱਕ ਦਿੱਲੀ ਤੋਂ ਬੰਦਾ ਹਰਿਆਣੇ ਦਾ ਰਹਿਣ ਵਾਲਾ ਉਹ ਇਹਨਾਂ ਨਾਲੋਂ ਵੱਧ ਵੋਟਾਂ ਲੈ ਜੇ ਸਿਆਸੀ ਬੰਦੇ ਨੂੰ ਤਾਂ ਉਹੀ ਅਸਤੀਫਾ ਦੇ ਦੇਣਾ ਚਾਹੀਦਾ ਸੀ ਅੰਮ੍ਰਿਤਸਰ ਰੇਲ ਹਾਦਸੇ ਦੀ ਮੈਜਿਸਟ੍ਰੇਟੀ ਜਾਂਚ ਜਾਰੀ ਹੈ ਜਾਂਚ ਕਮਿਸ਼ਨ ਦੇ ਮੁਖੀ B ਪੁਰਸ਼ਾਰਥ ਨੇ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ
हादसे दे चश्मदीदा ते हादसा पीड़ितां दे बयान कलमबद्ध कीते। अज 64 दे लगभग लोगों ने अपने बयान कलमबद्ध करवाए। पुलिस कमिश्नर ने भी जांच अधिकारी नूं अपने बयान दर्ज करवाए। जांच अधिकारी ने दस्सिया कि दशहरा के आयोजक मिठू मदान नूं भी समन भेजा गया सी, पर घर बंद होने करके समन वापस आ गए। उन्होंने स्पष्ट किया कि इस मामले तहत दशहरे के सारे आयोजकों नूं समन भेजा जा चुका है और कल इन्हों के आने की संभावना है। अधिकारी मुताबिक लोड़ पैण ते नवजोत कौर सिद्धू नूं भी समन भेजे जा सकते हैं। उन्होंने दस्सिया कि 28 दिनों विच पंजाब सरकार नूं मामले की रिपोर्ट भेजी जाएगी। देखो, जो 25 तारीख नूं असीं रखी सी पब्लिक हियरिंग, उहदे विच टोटल 51 विटनेसिस दा एग्जामिनेशन होया। अज हुण तक 13 बंदे आ चुके, तो इस तरह 51 प्लस 13 64 आई विटनेसिस एग्जामिन हो चुके। ये तो मैनू नहीं पता, जिन्हें भी बंदे आ जाए। असी दो दिन रखी सी 25 और 29, 11 तो लेकर 4 बजे तक। वो जिन्हें भी आई विटनेस आएंगे या जो नॉन आई विटनेस भी है बट वो कोई इंपॉर्टेंट इन्फॉर्मेशन है वो शेयर करना चाहते, असं सारे सुनेंगे तो कोई भी अपनी गल इतने दर्ज करा सकते। अज कमिश्नर ऑफ पुलिस साहब न असी बुला के दी सी, वो अपना बयान अज आकर दे गए। ਅਸੀਂ ਸਮਨ ਭੇਜਿਆ ਸੀ, ਉਹ ਸਮਨ ਸਾਨੂੰ ਰਿਟਰਨ ਹੋ ਗਿਆ ਕਿ ਉੱਥੇ ਤਾਲਾ ਲੱਗਿਆ ਹੋਇਆ, ਤਾਂ ਅਸੀਂ ਦੁਬਾਰਾ ਸਮਨ ਭੇਜਿਆ ਔਰ ਅਸੀਂ ਉਮੀਦ ਕਰਦੇ ਹਾਂ ਕਿ ਆਯੋਜਕਾਂ ਵੱਲੋਂ ਆਪਣੇ ਤੌਰ 'ਤੇ ਪਹਿਲ ਕਰਦੇ ਹੋਏ ਆਖਰ ਆਪਣੇ ਬਿਆਨ ਦਰਜ ਕਰਵਾਏ ਜਾਏਗੇ, ਕਿਉਂਕਿ ਉਹਨਾਂ ਦਾ ਬਿਆਨ ਬਹੁਤ ਅਹਿਮ ਹੈ ਔਰ ਅਗਰ ਕੋਈ ਨਹੀਂ ਆਉਂਦਾ ਤਾਂ ਫਿਰ ਅਸੀਂ ਜੋ ਵੀ ਕਾਨੂੰਨੀ ਤੌਰ 'ਤੇ ਦੂਜੇ ਤਰੀਕੇ ਹੈ ਉਹਨਾਂ ਨੂੰ ਇੱਥੇ ਬੁਲਾਉਣ ਦਾ, ਉਹ ਸਾਰੇ ਤਰੀਕੇ ਅਖਤਿਆਰ ਕੀਤੇ ਜਾਣਗੇ। ਹਾਂ, ਮੈਂ ਉੱਥੇ ਪੱਟੀ 'ਤੇ ਖੜਾ ਸੀ, ਮੇਰੇ ਸਾਈਡ ਵੱਜੀ, ਮੇਰੇ ਪਸਲੀਆਂ ਟੁੱਟੀਆਂ ਹੋਈਆਂ ਪਰ ਲੱਤ 'ਤੇ ਲੱਗੀ ਸੀ, ਆ ਉੱਥੇ ਲੱਗੀ ਸੀ। ਕੀ ਵੱਜੀ, ਟ੍ਰੇਨ ਵੱਜੀ ਸੀ ਤੁਹਾਡੇ ਸਾਈਡ? ਵੱਜੀ ਟ੍ਰੇਨ ਦੀ, ਅਤੇ ਉਨ ਕੀ ਬਿਆਨ ਦਰਜ ਕਰਾ ਗਿਆ? ਹਾਂਜੀ, ਕੀ ਅੱਜ ਕੀ ਬਿਆਨ ਦਰਜ ਕਰਵਾ ਗਿਆ ਤੁਹਾਡੇ ਕੋਲ, ਕੀ ਪੁੱਛਿਆ ਗਿਆ? ਉਹਨਾਂ ਪੁੱਛਿਆ ਵੀ ਕੀ ਗਲਤੀ ਹੈ, ਕਿਸ ਦੀ ਗਲਤੀ, ਕਿਸ ਤਰ੍ਹਾਂ ਮੈਂ ਗਲਤੀ ਦਾ ਉਸ ਮੰਨਿਆ ਪਬਲਿਕ ਦੀ, ਉਹਨੇ ਕਿਸੇ ਨੇ ਹਟਾਇਆ ਨਹੀਂ ਉੱਥੋਂ, ਸ਼ਾਇਦ 'ਤੇ ਨਹੀਂ ਕਰਾਇਆ। ਮੈਂ ਉਹਨਾਂ ਲੋਸਮੈਂਟ ਕੀਤੀ, 3 ਵਾਰੀ ਕੀਤੀ ਉਹਨਾਂ ਲੋਸਮੈਂਟ ਸਟੇਜ ਤੋਂ ਕਿ ਧਿਆਨ ਰੱਖੋ ਗੱਡੀਆਂ ਗੁੱਡੀਆਂ ਦਾ ਆਉਂਦਾ ਟਾਈਮ ਆ, ਤੁਸੀਂ ਅੰਦਰ ਆ ਜਾਓ ਜਦ। ਪਰ ਸ਼ੁਰੂ ਤੋਂ ਲੋਕ ਜਦੋਂ ਉਹਦਾ ਪ੍ਰੋਗਰਾਮ ਚੱਲਦਾ ਰਿਹਾ 15-20 ਸਾਲ ਤੋਂ, ਉਦੋਂ ਸਾਰੇ ਉੱਥੇ ਖਲੋ ਕੇ ਦੇਖਦੇ। ਰਮਨ ਜੀ, ਤੁਸੀਂ ਉਸ ਦਿਨ ਜਦੋਂ ਹਾਦਸਾ ਹੋਇਆ ਕੀ ਦੇਖਿਆ, ਕੀ ਐਗਜੈਕਟਲੀ ਤੁਹਾਡਾ ਧਿਆਨ ਕਿੱਧਰ ਸੀਗਾ? ਸਾਡਾ ਉਸ ਟਾਈਮ ਮਤਲਬ ਪਟਾਕਿਆਂ ਵੱਲ ਧਿਆਨ, ਜਦੋਂ ਰਾਵਣ ਨੂੰ ਅੱਗ ਲੱਗੀ ਹੋਈ ਸੀ। ਤੁਸੀਂ ਕਿਹੜੀ ਪੱਟੀ 'ਤੇ ਸੀਗੇ? ਉਸੇ ਪੱਟੀ 'ਤੇ ਜਿਸ ਪੱਟੀ 'ਤੇ ਗੱਡੀ ਆਈ, ਰਾਵਣ ਨੂੰ ਅੱਗ ਲੱਗੀ ਉੱਧਰ ਤਾਂ ਸਾਰਿਆਂ ਦਾ ਧਿਆਨ ਹੀ ਉਸੇ ਟਾਈਮ ਹੀ ਅਚਾਨਕ ਗੱਡੀ ਆ ਗਈ ਆ, ਕਿਸੇ ਨੇ ਨਹੀਂ ਦੇਖਿਆ ਗੱਡੀ, ਗੱਡੀ ਪਤਾ ਹੀ ਉਦੋਂ ਲੱਗਾ ਜਦੋਂ ਚੁੱਕ ਕੇ ਉਹਨੇ ਝਾੜੀਆਂ 'ਚ ਮਾਰਿਆ ਸਾਨੂੰ, ਕੋਈ ਹਾਰਨ ਨਹੀਂ, ਕੋਈ ਕੁਛ ਨਹੀਂ ਦਿਖਿਆ, ਨਾ ਲੈਟ ਨਾ। ਅਸੀਂ ਸਭ ਤੋਂ ਥੱਲੇ ਵਾਲੀ ਟ੍ਰੇਨ 'ਤੇ ਜਿੱਥੋਂ ਜਲੰਧਰ ਜਿਹੜੀ ਪੱਟੀ 'ਤੇ ਆ ਰਹੀ ਸੀ ਉਸੇ ਪੱਟੀ 'ਤੇ ਖੜੇ ਗਏ ਸੀ। ਮਲੇਰਕੋਟਲਾ ਰਾਏਕੋਟ ਮਾਰਗ 'ਤੇ ਸਥਿਤ ਪਿੰਡ ਸੰਧੌੜ ਵਿਖੇ ਦੋ ਮੋਟਰਸਾਈਕਲ ਸਵਾਰਾਂ ਦੇ ਬੱਸ ਨਾਲ ਟਕਰਾਅ ਜਾਣ ਕਾਰਨ ਮੌਕੇ 'ਤੇ ਮੌਤ ਹੋ ਗਈ। ਮ੍ਰਿਤਕਾਂ ਦੀ ਪਹਿਚਾਣ ਮੁਹੰਮਦ ਅਲੀ ਅਤੇ ਡੋਗਰ ਅਲੀ ਵਾਸੀ ਕਾਲੂ ਬਸਤੀ ਮਲੇਰਕੋਟਲਾ ਵਜੋਂ ਹੋਈ ਹੈ। ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਮਲੇਰਕੋਟਲਾ ਲਿਆਂਦਾ ਗਿਆ। ਹਾਦਸੇ ਤੋਂ ਬਾਅਦ ਗੁੱਸੇ 'ਚ ਆਏ ਲੋਕਾਂ ਨੇ ਬੱਸ ਦੀ ਭੰਨ ਤੋੜ ਵੀ ਕੀਤੀ। ਸੰਧੌੜ ਪੁਲਿਸ ਦਾ ਕਹਿਣਾ ਹੈ ਕਿ ਜਾਂਚ ਕੀਤੀ ਜਾ ਰਹੀ ਹੈ ਕਿ ਕਿਸ ਦੀ ਗਲਤੀ ਕਰਕੇ ਹਾਦਸਾ ਵਾਪਰਿਆ। ਜਾਂਚ ਦੇ ਆਧਾਰ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। 7 ਬੰਦੇ ਸੀਗੇ ਜੀ, 2 ਦੀ ਡੈਥ ਹੋ ਗਈ ਜੀ। ਕਿਵੇਂ ਹੋਇਆ, ਕਿੱਥੇ ਮਾਰ ਰਹੇ ਸੀ, ਕਿੱਥੇ ਗਏ ਸੀ? ਇਹ ਮਲੇਰਕੋਟ ਲਿਆ ਰਹੇ ਸੀ, ਜਮਾਤ ਨਾਲ ਗਏ ਹੋਏ ਸੀ, ਲੰਬੇ ਜੱਟਪੁਰੇ ਜੀ। ਦੋਸਤ ਇਹ ਬਾਈਕ 'ਤੇ ਸੀ ਅਤੇ ਬੱਸ 100 ਤੋਂ ਪਲੱਸ ਸਪੀਡ ਸੀ। ਇਹ ਸੰਧੌੜ ਐਕਸੀਡੈਂਟ ਹੋਇਆ ਜੀ, ਅਤੇ ਬੱਸ 100 ਤੋਂ ਪਲੱਸ ਦੀ ਸਪੀਡ 'ਤੇ ਸੀ ਜੀ। ਹਾਂਜੀ, ਕਾਫੀ ਦੂਰ ਤੱਕ ਖਿੱਚ ਕੇ ਲੱਗੀ ਤੀ ਜੀ ਬੱਸ, ਇਹ ਬਹੁਤ ਮਾੜਾ ਹੋਇਆ ਜੀ। ਇੱਕ ਤਾਂ ਨੌਜਵਾਨ ਹੀ ਸੀ ਜੀ, ਇੱਕ 27 ਸਾਲ ਦੀ ਉਮਰ ਸੀ। SSP ਪਟਿਆਲਾ ਮਨਦੀਪ ਸਿੰਘ ਸਿੱਧੂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਪਰਾਧ 'ਤੇ ਨੱਥ ਪਾਉਣ ਲਈ ਉਹਨਾਂ ਦਾ ਮੁੱਖ ਟੀਚਾ ਸਾਰੇ ਸ਼ਹਿਰ ਨੂੰ ਕੈਮਰਿਆਂ ਨਾਲ ਲੈਸ ਕਰਨਾ ਹੈ ਅਤੇ ਇਸ 'ਤੇ ਗੰਭੀਰਤਾ ਨਾਲ ਕੰਮ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਕੈਮਰਾ 24 ਘੰਟੇ ਦਾ ਪਹਿਰੇਦਾਰ ਹੁੰਦਾ ਹੈ ਅਤੇ ਜਦੋਂ ਸਾਰਾ ਪਟਿਆਲਾ ਸ਼ਹਿਰ ਅਤੇ ਇਸ ਦੇ ਮੁੱਖ ਚੌਂਕ ਕੈਮਰਿਆਂ ਨਾਲ ਲੈਸ ਹੋ ਜਾਣਗੇ ਤਾਂ ਦੋਸ਼ੀਆਂ ਤੱਕ ਪੁਲਿਸ ਦੀ ਪਹੁੰਚ ਕਾਫੀ ਸੁਖਾਲੀ ਹੋ ਜਾਵੇਗੀ। ਦੇਖੋ, ਟ੍ਰੈਫਿਕ ਦੇ ਵਿੱਚ ਇਕੱਲਾ ਜਦੋਂ ਟ੍ਰੈਫਿਕ ਦੀ ਗੱਲ ਕਰਦੇ ਹਾਂ ਤਾਂ ਸਿਰਫ ਆਮ ਆਪਣੇ ਪੰਜਾਬੀਆਂ ਨੂੰ ਜਾਂ ਆਪਣੇ ਲੋਕਾਂ 'ਚ ਧਾਰਨਾ ਹੈ ਵੀ ਇਹ ਸ਼ਾਇਦ ਟ੍ਰੈਫਿਕ ਮੈਨ ਦੇ ਨਾਲ ਹੀ ਟ੍ਰੈਫਿਕ ਕੰਟਰੋਲ ਹੁੰਦਾ,
ਪਰ ਮੈਂ ਕਹੂੰਗਾ ਵੀ ਪਹਿਲਾਂ ਇਹ ਸੜਕਾਂ ਸਾਡੀਆਂ ਜਦੋਂ ਟਾਵਾਂ ਟਾਵਾਂ ਵਹੀਕਲ ਹੁੰਦਾ ਸੀ ਉਦੋਂ ਦੀਆਂ ਬਣੀਆਂ ਵੀ ਹੈ, ਹੁਣ ਕਿ ਹਰ ਘਰ ਦੇ ਵਿੱਚ ਦੋ ਦੋ ਤਿੰਨ ਤਿੰਨ ਵਹੀਕਲ ਹੋ ਗਏ, ਇਸ ਕਰਕੇ ਸਾਡੀ ਜ਼ਿੰਮੇਵਾਰੀ ਹੈ ਅੱਗੇ ਨਾਲੋਂ ਕਈ ਗੁਣਾ ਜ਼ਿਆਦਾ ਵੱਧ ਗਈ। ਕੁਛ ਚੀਜ਼ਾਂ ਤਾਂ ਕੰਟਰੋਲ ਕਰਨੀਆਂ ਸਾਡੇ ਹੱਥ ਵਿੱਚ ਹੈ ਅਤੇ ਕੁਛ ਸਾਡੇ ਹੱਥ ਤੋਂ ਵੀ ਬਾਹਰ ਹੈ, ਜਿਵੇਂ ਕਿ ਰੋਡ ਇੰਜੀਨੀਅਰਿੰਗ ਜਦੋਂ ਹੁੰਦੀ ਹੈ ਉਦੋਂ ਉਹਦੇ ਮੁਤਾਬਕ ਪਲੱਸ ਉਹਦੇ ਵਿੱਚ ਉਹਨੂੰ ਕਹਿ ਦਿਓ ਪੁਲਿਸ ਡਿਪਾਰਟਮੈਂਟ ਦਾ ਬਹੁਤ ਵੱਖਰੇ ਵੱਖਰੇ ਡਿਪਾਰਟਮੈਂਟ ਦਾ ਹੁੰਦਾ। ਪਰ ਜਿਹੜੀ ਮੈਂ ਇਹ ਐਜ਼ ਏ ਪੁਲਿਸ ਚੀਫ ਪਟਿਆਲੇ ਦਾ ਮੈਂ ਚਾਹੂੰਗਾ ਕਿ ਟ੍ਰੈਫਿਕ ਨੂੰ ਕਿਵੇਂ ਸਮੂਥ ਚਲਾਇਆ ਜਾ ਸਕਦਾ, ਉਹਦੇ ਲਈ ਅਸੀਂ ਟ੍ਰੈਫਿਕ ਪੁਲਿਸਮੈਨ ਨੂੰ ਡਿਪਲਾਈ ਕਰਨਾ, ਰੋਡ ਕੰਸਰਨ ਡਿਪਾਰਟਮੈਂਟਸ ਨਾਲ ਕੋਆਰਡੀਨੇਸ਼ਨ ਕਰਨਾ ਅਤੇ ਇੱਕ CCTV ਐਜ਼ ਏ ਡਿਪਟੀ ਕਮਿਸ਼ਨਰ ਪਟਿਆਲਾ ਨਾਲ ਅਤੇ ਕਮਿਸ਼ਨਰ ਕਾਰਪੋਰੇਸ਼ਨ ਨਾਲ ਅਤੇ ਮੇਅਰ ਪਟਿਆਲਾ ਨਾਲ ਰਲ ਕੇ ਇੱਕ ਅਸੀਂ ਪਟਿਆਲੇ ਲਈ CCTV ਇੰਸਟਾਲ ਕਰਨ ਦੀ ਪ੍ਰਪੋਜ਼ਲ ਬਣਾਵਾਂਗੇ ਅਤੇ ਉਹਦੇ 'ਚ ਉਸ ਢੰਗ ਨਾਲ ਟ੍ਰੈਫਿਕ ਦੇ ਸਮੂਥ ਫਲੋ ਦੇ ਵਿੱਚ ਸਾਨੂੰ ਜਿਹੜੀ ਮਦਦ ਮਿਲ ਸਕੇ। ਅਯੋਧਿਆ ਰਾਮ ਜਨਮ ਭੂਮੀ ਬਾਬਰੀ ਮਸਜਿਦ ਜ਼ਮੀਨ ਵਿਵਾਦ ਮਾਮਲੇ ਨੂੰ ਲੈ ਕੇ ਸੁਪਰੀਮ ਕੋਰਟ 'ਚ ਅਹਿਮ ਸੁਣਵਾਈ ਟਲ ਗਈ ਹੈ। ਚੀਫ ਜਸਟਿਸ ਰੰਜਨ ਗੋਗੋਈ, ਜਸਟਿਸ ਸੰਜੇ ਕਿਸ਼ਨ ਕੌਲ ਅਤੇ ਜਸਟਿਸ KM ਜੋਸਫ ਦੇ ਬੈਂਚ ਨੇ ਇਸ ਮਾਮਲੇ ਦੀ ਸੁਣਵਾਈ ਜਨਵਰੀ 2019 ਲਈ ਟਾਲ ਦਿੱਤੀ ਹੈ। ਹੁਣ ਜਨਵਰੀ 2019 'ਚ ਹੀ ਇਸ ਗੱਲ ਦਾ ਫੈਸਲਾ ਹੋਵੇਗਾ ਕਿ ਕਿਸ ਬੈਂਚ ਦੇ ਸਾਹਮਣੇ ਅਤੇ ਕਿਸ ਤਾਰੀਖ ਨੂੰ ਇਸ ਮਾਮਲੇ ਦੀ ਸੁਣਵਾਈ ਕੀਤੀ ਜਾਵੇਗੀ। ਬੰਗਲਾਦੇਸ਼ ਦੀ ਅਦਾਲਤ ਨੇ ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜ਼ਿਆ ਨੂੰ ਭ੍ਰਿਸ਼ਟਾਚਾਰ ਨਾਲ ਜੁੜੇ ਇੱਕ ਮਾਮਲੇ 'ਚ 7 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਜਾਣਕਾਰੀ ਅਨੁਸਾਰ ਇਸ ਤੋਂ ਪਹਿਲਾਂ ਬੰਗਲਾਦੇਸ਼ ਦੀ ਅਦਾਲਤ ਨੇ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਚੋਣ ਰੈਲੀ ਅਤੇ ਗ੍ਰਨੇਡ ਹਮਲੇ ਦੇ ਮਾਮਲੇ 'ਚ ਖਾਲਿਦਾ ਦੇ ਬੇਟੇ ਤਾਰਿਕ ਰਹਿਮਾਨ ਸਮੇਤ 38 ਲੋਕਾਂ ਨੂੰ ਦੋਸ਼ੀ ਕਰਾਰ ਦਿੱਤਾ ਸੀ। ਇਸ ਮਾਮਲੇ 'ਚ ਕੋਰਟ ਨੇ ਤਾਰਿਕ ਸਮੇਤ 19 ਲੋਕਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ, ਉੱਥੇ ਹੀ ਬਾਕੀ 19 ਲੋਕਾਂ ਨੂੰ ਮੌਤ ਦੀ ਸਜ਼ਾ ਸੁਣਾਈ ਸੀ। ਅਤੇ ਇਸ ਦੇ ਨਾਲ ਹੀ ਅਜੀਤ ਖਬਰਾਂ ਦਾ ਅੱਜ ਦਾ ਇਹ ਬੁਲੇਟਿਨ ਇੱਥੇ ਹੀ ਖਤਮ ਹੁੰਦਾ ਹੈ। ਕੱਲ੍ਹ ਤੁਹਾਡੀ ਖਿਦਮਤ ਦੇ ਵਿੱਚ ਤਾਜ਼ਾ ਤਰੀਨ ਖਬਰਾਂ ਦਾ ਇੱਕ ਹੋਰ ਬੁਲੇਟਿਨ ਲੈ ਕੇ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਦੇ ਲਈ ਤੁਸੀਂ ਵੇਖਦੇ ਰਹੋ ਅਜੀਤ ਵੈੱਬ TV।